ਅਸੀਂ ਸਾਰੇ ਕਹਿ ਰਹੇ ਬਾਬਾ ਰਾਮਦੇਵ ਦੀ ਟੂਥਪੇਸਟ ਬਹੁਤ ਵਧੀਆ ਕੰਪਨੀ ਦੀ ਹੈ, ਬਹੁਤ ਅੱਛੀ ਹੈ, ਇਹ ਸਾਡੇ ਦੰਦਾਂ ਮਜ਼ਬੂਤ ਕਰੇਗੀ, ਸਾਨੂੰ ਫਾਇਦਾ ਕਰੇਗੀ। ਬਟ ਮੈਂ ਤੁਹਾਨੂੰ ਇਹ ਸਾਬਤ ਕਰਕੇ ਵਿਖਾ ਸਕਦਾ ਵੀ ਇਹਦੇ ਵਿੱਚ ਇਹੋ ਜਿਹਾ ਕੈਮੀਕਲ ਪਾਇਆ ਜਿਹੜਾ ਕਿ ਸਾਨੂੰ ਨੁਕਸਾਨ ਜ਼ਿਆਦਾ ਪਹੁੰਚਾਉਂਦਾ, ਜਿਹੜਾ ਕਿ ਕੈਂਸਰ ਦਾ ਵੀ ਕਾਰਨ ਹੈਗਾ। ਪਰ ਇਹਦੇ ਵਿੱਚ ਸਪਸ਼ਟ ਲਿਖਿਆ ਹੋਇਆ ਕਿ 7 ਸਾਲ ਦੇ ਘੱਟ ਉਮਰ ਦੇ ਬੱਚਿਆਂ ਨੂੰ ਟੂਥਪੇਸਟ ਨਹੀਂ ਦੇਣੀ। ਠੀਕ ਹੈ ਜੀ, ਆਹ ਬਾਬਾ ਰਾਮਦੇਵ ਦੀ ਦੰਤ ਕਾਂਤੀ ਟੂਥਪੇਸਟ ਹੈ ਜੀ। ਆਹ ਥੋੜੀ ਜੀ ਆ ਟੂਥਪੇਸਟ ਲਿਆ, ਐਸਿਡ ਦੇਣਾ ਜੀ, ਲਓ ਜੀ ਆਹ ਐਸਿਡ ਹੈ ਜਿਹੜਾ ਕਿ ਆਪਾਂ ਪੋਚੇ ਵਗੈਰਾ ਲਗਾਉਂਦੇ ਹਾਂ, ਜਿਹੜਾ ਆਪਣੇ ਫਲੱਸ਼ ਵਿੱਚ ਪਾਉਂਦੇ ਹਾਂ ਕੀਟਾਣੂ ਮਾਰਨ ਵਾਸਤੇ, ਲੈ ਜਾਂਗੇ। ਓਏ ਹੋਏ ਹੋਏ, ਇਹ ਤਾਂ ਬਹੁਤ ਜ਼ਿਆਦਾ ਤੇਜ਼ ਆ, ਉਹਦੇ ਨਾਲ ਵੀ ਸਾਫ਼ ਕਰਤੀ ਨੇ। ਆਪਾਂ ਬਾਬਾ ਰਾਮਦੇਵ ਜੀ, ਬਾਬਾ ਰਾਮਦੇਵ ਜੀ ਦੰਦ ਕਾਂਤੀ ਟੂਥਪੇਸਟ, ਦੰਦ ਕਾਂਤੀ, ਦੰਦ ਕਾਂਤੀ, ਦੰਦ ਖਰਾਬ ਕਰਨੇ ਨੇ ਇਹਨਾਂ ਨੇ, ਬਿਸਕੁਟ ਲੈ ਗਏ ਬੜੇ ਚਾਹ ਨਾਲ, ਬਿਸਕੁਟ ਦਵੋ ਇਹਨੇ ਬਾਰੇ, ਬਿਸਕੁਟ ਵੀ ਕਿਸੇ ਬਾਬਾ ਰਾਮਦੇਵ ਦੀ ਬਣਾਈ ਹੋਈ ਦੰਦ ਕ੍ਰਾਂਤੀ, ਨਾਲ ਇਹਦਾ ਡੈਮੋ ਵੇਖੋ ਜੀ ਕਿਵੇਂ ਉੱਬਲ ਗਈ, ਲੋਕਾਂ ਨੂੰ ਗਲਤ ਗਾਈਡ ਕਰਦੇ ਨੇ ਬਾਬਾ ਰਾਮਦੇਵ ਜੀ, ਇਹਨਾਂ ਨੂੰ ਕਾਨੂੰਨ ਨੂੰ ਕੁਛ ਕਰਨਾ ਚਾਹੀਦਾ ਇਹਨਾਂ ਤੇ, ਬਾਬਾ ਰਾਮਦੇਵ ਜੀ ਜੋ ਵੀ ਆਈਟਮ ਹੁੰਦੇ ਤੇ ਪਾਬੰਦੀ ਲਾ ਦੇਣੀ ਚਾਹੀਦੀ ਜਲਦੀ ਤੋਂ ਜਲਦੀ।